ਇੱਕ ਮੇਰੀ ਬੇਟੀ ਹੈ ਜੀ ਸਾਲ ਦੀ ਉਹ ਆਪਣੇ ਮਤਲਬ ਕੇ ਲਿਓ ਨੇ ਯੂਜ਼ ਕਰਤਾ ਔਰ ਉਹਨੇ ਫੈਂਕ ਦਿੱਤਾ ਕਈ ਲੋਕਾਂ ਨੇ ਇਹ ਵੀ ਮੈਨੂੰ ਕਿਹਾ ਕਿ ਇਹਨੂੰ ਇੰਨੀ ਦੇਰ ਬਾਅਦ ਯਾਦ ਆਇਆ ਇਹ ਚੀਜ਼ਾਂ ਕੱਢਣ ਦਾ ਮੇਰਾ ਐਂਡ ਹੋ ਗਿਆ ਸੀ ਇਸ ਹੱਦ ਤੱਕ ਗਈ ਸ਼ਖਸ ਦੇ ਪਿੱਛੇ ਮੈਂ ਸੁਸਾਇਸਾਈਡ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਸ਼ਾਉਰ ਆ ਲੋਕਾਂ ਨੂੰ ਸਾਡੀ ਆਵਾਮ ਬੇਵਕੂਫ ਨਹੀਂ ਬੈਠੀ ਆ ਜਿਹੜੇ ਇੰਨੇ ਲੋਕ ਮੈਨੂੰ ਦੇਖ ਰਹੇ ਆ ਇਹ ਬੇਵਕੂਫ ਨਹੀਂ ਆ ਇਹ ਸ਼ਾਉਰ ਵਾਲੇ ਲੋਕ ਆ ਅੱਜ ਦੀ ਵੀਡੀਓ ਹੁਣ ਮੈਂ ਚਲਾ ਲੱਗੀ ਆ ਅ ਰਿਦਾ ਸਜਾਦ ਦੀ ਪੂਰੀ ਵੀਡੀਓ ਜਿਹੜੀ ਤੁਸੀਂ ਕਿਤੇ ਨਹੀਂ ਦੇਖੀ ਹੋਏਗੀ ਇਹ ਤੁਸੀਂ ਦੇਖਣਾ ਮੈਂ ਇਸ ਵਾਰੀ ਜੇ ਸਾਹਮਣੇ ਆਈਆਂ ਤੇ ਮੈਂ ਆਪਣੇ ਵਾਸਤੇ ਆਵਾਜ਼ ਨਹੀਂ ਚੱਕ ਰਹੀ। ਐਸਾਲੀ ਗੱਲ ਜਿਹੜੀ ਕਿੱਸਾ ਚੱਲਿਆ ਸੀ ਖੁੱਲੇਗਾ। ਆ ਪੂਰੀ ਵੀਡੀਓ ਤੁਸੀਂ ਦੇਖੋਗੇ ਤੁਹਾਨੂੰ ਹਕੀਕਤ ਪਤਾ ਚੱਲ ਜਾਏਗੀ। ਨਾਲੇ ਅੱਪਾ ਮੂੰਹੋਂ ਕਹਿ ਦिए ਕਿ ਫਲਾਣ ਦੇ ਨੇ ਵਿਆਹ ਫਲਾਣ ਦੇ ਨੇ ਵਿਆਹ। ਮੈਂ ਦੁਖੀ ਨਹੀਂ ਆ। ਮੈਂ ਅਜ਼ੀਅਤ ਚੋਂ ਨਿਕਲ ਗਈ। ਇਹ ਕਿ ਰਿਸ਼ਤਾ ਸੀ ਉਹ ਟੁੱਟ ਗਿਆ। ਇਹ ਜ਼ਮੰਨੂ ਅਗਰ ਕ੍ਰਿਟੀਸਾਈਜ਼ ਕਰਨਾ ਹੈ ਨਾ ਸਜਾਦ ਸਾਹਿਬ ਖੁਦ ਆਪ ਸਾਹਮਣੇ ਆਓ ਖੋਲ ਕੇ ਐਡੇ ਸੱਚੇ ਹੋ ਤੁਸੀਂ ਇਹ ਸਾਹਮਣੇ ਨਹੀਂ ਆਏਗਾ ਤੁਸੀਂ ਇਨਸਾਫ ਕਰਨਾ ਗੱਲ ਕਰਨੀ ਸਬੂਤਾ ਦੇ ਸਿਰ ਤੇ ਕਰਨੀ ਆ ਤੁਸੀਂ ਮੇਰੀ ਗੱਲਾਂ ਦੇ ਸਿਰ ਤੇ ਨਹੀਂ ਕਰਨੀ ਤੁਸੀਂ ਤੁਸੀਂ ਮੇਰੇ ਅਥਰਾਂ ਦੇ ਸਿਰ ਤੇ ਨਹੀਂ ਕਰਨੀ ਤੁਸੀਂ ਸਬੂਤਾ ਦੇ ਸਿਰ ਤੇ ਕਰਨੀ ਆ ਆ ਸਾਰੀ ਵੀਡੀਓ ਦੇਖੋ ਔਰ ਤੋਂ ਬਾਅਦ ਤੁਸੀਂ ਇਨਸਾਫ ਕਰਨਾ ਵਾ ਕਿ ਮੈਂ ਸਹੀ ਕੀਤਾ ਜਾਂ ਨਹੀਂ ਕੀਤਾ ਅਸਲਾਮੁਅਲੈਕੁਮ ਮੈਂ ਤੁਹਾਡੀ ਵੀਰਾ ਮੈਂ ਹਮੇਸ਼ਾ ਕਹਿੰਦੀ ਤੁਹਾਡੀ ਵੀਰਾ ਕਿਉਂਕਿ ਜਦੋਂ ਸਾਨੂੰ ਫੈਮਲੀ ਦੇ ਵਿੱਚ ਬਹਿ ਕੇ ਦੇਖਿਆ ਜਾਂਦਾ ਨਾ ਫਿਰ ਅਸੀਂ ਉਹਰਾ ਹਿੱਸਾ ਬਣ ਜਾਂਦੇ ਆ ਤੁਸੀਂ ਮੇਰੀ ਫੈਮਲੀ ਉਹ ਜਿਹੜੇ ਮੇਰੇ ਵਿਊਅਰਸ ਨੇ ਦੇਖਦੇ ਨੇ ਸਭ ਤੋਂ ਪਹਿਲੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਸਾਰਿਆਂ ਦਾ ਜਿਹੜੇ ਲੋਕਾਂ ਨੇ ਅੱਛੇ-ਅੱਛੇ ਕਮੈਂਟਸ ਕੀਤੇ ਮੈਨੂੰ ਭੈਣ ਕਿਹਾ ਬਾਜੀ ਕਿਹਾ ਪੁੱਤ ਕਿਹਾ ਪਹਿਲੇ ਤੇ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਜੀ ਮੈਂ ਅ ਅਸੀ ਇੱਜ਼ਤ ਦਾ ਤੇ ਮੈਂ ਮੇ ਕੋਈ ਦੇਨ ਨਹੀਂ ਹੈਗੀ ਹਨਾ ਜਿੰਨੀ ਇੱਜ਼ਤ ਤੁਸੀਂ ਕੀਤੀ ਆ ਮੇਰਾ ਸਾਥ ਦਿੱਤਾ ਸਮਝੇ ਤੇ ਦੂਜੀ ਗੱਲ ਸ਼ੁਕਰੀਆ ਦਾ ਉਹਨਾਂ ਦਾ ਵੀ ਕਰਨਾ ਚਾਹੁੰਦੀ ਆ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਸੀ ਕਿ ਹਾਂ ਵੀ ਇਹਨੂੰ ਗੰਦਾ ਕਰਨਾ ਜਾਂ ਬਹੁਤ ਸਾਰੇ ਲੋਕਾਂ ਦੀਆਂ ਡਿਊਟੀਆਂ ਲੱਗ ਜਾਣੀਆਂ ਗੰਦਾ ਕਰਨਾ ਵਾ ਜਾਂ ਫੇਕ ਆਈਡਿਜ਼ ਬਣਾ ਕੇ ਇਹਨੂੰ ਝੂਠਿਆ ਸਾਬਿਤ ਕਰਨਾ ਰੱਬ ਨਾ ਕਰੇ ਇਨਸਾਨ ਦੀ ਕੋਈ ਔਕਾਤ ਨਹੀਂ ਕੋਈ ਝੂਠਾ ਕਰੇ ਰੱਬ ਨੇ ਇੱਜ਼ਤ ਦੇਣੀ ਜ਼ਿਲਤ ਦੇਣੀ ਔਰੇ ਹੱਜਾ ਦੂਜੀ ਗੱਲ ਏ ਕਿ ਲੋਕ ਕਈ ਲੋਕਾਂ ਨੇ ਇਹ ਵੀ ਮੈਨੂੰ ਕਿਹਾ ਕਿ ਇਹਨੂੰ ਇੰਨੀ ਦੇਰ ਬਾਅਦ ਯਾਦ ਆਇਆ ਇਹ ਚੀਜ਼ਾਂ ਕੱਢਣ ਦਾ ਇੰਨੀ ਦੇਰ ਬਾਅਦ ਨਹੀਂ ਔਰਤ ਐਂਡ ਵੀ ਦੇਖਦੀ ਆ ਆਪਣਾ ਬਹੁਤ ਸਬਰਰਾ ਬਣਦੀਤਾ ਔਰਤ ਨੂੰ ਐਡੀ ਸਾਨੀ ਨਾ ਨਿਸਾਰਾ ਖੁਸ਼ੀ ਸਾਹਮਣੇ ਲਿਆਂਦੀ ਕੋਈ ਵੀ ਔਰਤ ਆਪਣੀ ਇਨੀਆਂ ਪਰਸਨਲ ਗੱਲਾਂ ਆਪਣੀ ਤਕਲੀਫ ਆਪਣੀ ਅਜ਼ੀਤ ਐਡੀ ਛੇਤੀ ਨਹੀਂ ਲਿਆਂਦੀ ਹੈਗੀ ਸਾਹਮਣੇ ਕੋਈ ਅਗਰ ਆਂਦਾ ਵਾ ਤੇ ਉਹਨੂੰ ਬਹੁਤ ਮਜਬੂਰੀ ਹੋਣੀ ਆ ਯਾ ਉਰੀ ਜ਼ਿੰਦਗੀ ਦਾ ਐਂਡ ਹੋਣਾ ਉਹਨੂੰ ਨਜ਼ਰ ਆ ਰਿਹਾ ਮੇਰਾ ਤੇ ਹੋ ਗਿਆ ਸੀ ਮੈਂ ਤੁਹਾਨੂੰ ਦੱਸਾਂ ਮੇਰਾ ਐਂਡ ਹੋ ਗਿਆ ਸੀ ਠੀਕ ਆ ਉਹ ਮੈਂ ਜਰ ਲਿਆ ਸੀ ਮੈਂ ਜਿੰਨਾ ਰੋਣਾ ਸੀ ਰੋ ਲਿਆ ਸੀ ਆਪਣੀ ਜ਼ਿੰਦਗੀ ਚ ਮੈਂ ਜਿੰਨੀ ਤਕਲੀਫਾਂ ਚੋਂ ਗੁਜ਼ਰਨਾ ਸੀ ਗੁਜ਼ਰ ਰਿਹਾ ਲਿਆ ਸੀ ਔਰ ਆ ਸਬੂਤ ਆ ਤੁਸੀਂ ਮੈਂ ਤੁਹਾਨੂੰ ਅਗਰ ਦਿਖਾ ਸਕਾਂ ਕਿ ਮੇਰੇ ਬਾਜ਼ੂ ਤੇ ਕੱਟਸ ਦੇ ਨਿਸ਼ਾਨ ਆ ਮੈਂ ਇਸ ਹੱਦ ਤੱਕ ਗਈ ਇਸ ਸ਼ਖਸ ਦੇ ਪਿੱਛੇ ਕਿ ਮੈਂ ਐਂਜ਼ਾਇਟੀ ਦੀ ਪੇਸ਼ੈਂਟ ਹੋ ਗਈ ਸੀ ਤੇ ਮੈਂ ਇਸ ਹੱਦ ਤੱਕ ਗਈ ਕਿ ਮੈਂ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਉਹ ਸਾਰਾ ਸਾਰਾ ਕੁਝ ਮੈਂ ਝਰ ਲਿਆ ਲੇਕਿਨ ਗੱਲ ਮੇਰੀ ਨਹੀਂ ਆ ਇਸ ਵਾਰੀ ਇੰਟਰਵਿਊ ਦਿੱਤਾ ਗਿਆ ਉਹ ਮੇਰੇ ਲਈ ਨਹੀਂ ਸੀ ਉਹਨਾਂ ਨੇ ਮੈਨੂੰ ਕੁਝ ਕੁਐਸਚਨ ਕੀਤੇ ਮਨਸ ਵਾਲਾ ਜਵਾਬ ਦਿੱਤਾ ਅੱਜ ਇੱਕ ਐਸੀ ਵੀਡੀਓ ਤੁਹਾਨੂੰ ਮੈਂ ਦਿਖਾਉਣ ਜਾ ਰਹੀ ਹਾਂ ਪੂਰੀ ਜਿਹੜੀ ਮੇਰੇ ਚੈਨਲ ਤੇ ਭੇਜੀ ਗਈ ਸੀ ਪਰ ਉਹਨਾਂ ਨੇ ਨਹੀਂ ਚਲਾਈ ਉਹ ਤੋਂ ਮੈਨੂੰ ਮਿਲੀ ਮੈ ਗਈ ਚੈਨਲ ਤੇ ਦੋ ਦਿਨ ਲੱਗੇ ਮੈਨੂੰ ਉਹ ਵੀਡੀਓ ਰਿਕਵਰ ਕਰਨ ਚ ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀ ਨਾ ਕਿਸੇ ਨੂੰ ਪਹਚਾਰਿਆ ਸੀ ਵੀਡੀਓ ਆਈ ਕਿੱਥੇ ਆ ਤੇ ਕਿੱਥੋਂ ਗਈ ਆ ਕੀ ਸੀ ਬੜੀ ਮੁਸ਼ਕਲ ਆ ਮੈਨੂੰ ਖੈਰ ਮੈਂ ਰਿਕਵਰ ਕੀਤੀ ਵੀਡੀਓ ਤੇ ਅੱਜ ਉਹ ਕਿਤੇ ਹੋਰ ਨਹੀਂ ਚੱਲੀ ਮੈਂ ਉਹਨਾਂ ਨੂੰ ਮਨਾ ਕੀਤਾ ਕਿ ਤੇ ਨਹੀਂ ਚਲਾਨੀ ਕਿਉਂਕਿ ਉਹਨਾਂ ਨੇ ਵੀ ਉੱਥੇ ਕਲਿੱਪਸ ਚਲਾਏ ਹੈਡਲਾਈਨ ਚ ਤੇ ਇਹਰੇ ਪਿੱਛੇ ਦੀਆਂ ਗੱਲਾਂ ਇਹ ਨਹੀਂ ਮੈਂ ਜਾਣਦੀ ਰਿਦਾ ਦਾ ਜੋ ਬਿਆਨ ਆਇਆ ਸੋ ਪੂਰੀ ਵੀਡੀਓ ਮੈਂ ਹੁਣ ਦੇਖੀ ਮੈਨੂੰ ਪਤਾ ਚੱਲਿਆ ਕੀ ਆ ਕੀ ਨਹੀਂ ਕੁਛ ਲੋਕ ਆਂਦੇ ਪਈਆ ਆਉ ਡਾਬ ਨੂੰ ਯਾਦ ਰੱਖਣਾ ਕੁਛ ਵੀ ਕਹਿਣ ਤੋਂ ਪਹਿਲੇ ਭੁੱਲਣਾ ਨਹੀਂ ਜਾਣਾ ਉッコ ਜਾਨ ਮੈਨੂੰ ਨਹੀਂ ਦੇਣੀ ਜਾਨ ਸਜਾਦ ਨੂੰ ਨਹੀਂ ਦੇਣੀ ਜਾਨ ਆਵਾਮ ਨੂੰ ਨਹੀਂ ਦੇਣੀ ਰੱਬ ਨੂੰ ਦੇਣੀ ਆ ਮੇਰੀ ਗੱਲ ਹਮੇਸ਼ਾ ਯਾਦ ਰੱਖਿਓ ਅਲਫਾਜ਼ ਓਮ ਉਹ ਜੋ ਕੱਢੋ ਜੇ ਕਸਮਾ ਉਹ ਖਾਉ ਝੂਠੀਆਂ ਕਿ ਬਾਅਦ ਦੇ ਵਿੱਚ ਅਗਰ ਕੋਈ ਸਬੂਤ ਮੰਗੇ ਤੇ ਸ਼ਰਮਿੰਦਗੀ ਨਾ ਹੋਵੇ ਤੇ ਖੁਦਾ ਦਾ ਵਾਸਤਾ ਰੱਬ ਨੂੰ ਕੁਰਾਨ ਨੂੰ ਰਸੂਲ ਨੂੰ ਆਪਣੀ ਗੰਦੀਆਂ ਜ਼ੁਬਾਨਾਂ ਤੇ ਨਹੀਂ ਲੈ ਕੇ ਆਣਾ ਤੁਸੀਂ ਇਸ ਕਾਬਿਲ ਮੈਂ ਆਪਣੇ ਆਪ ਨੂੰ ਨਹੀਂ ਸਮਝਦੀ ਨਹੀਂ ਲੈ ਕੇ ਆਣਾ ਲੈ ਕੇ ਆਣਾ ਸਬੂਤ ਲੈ ਕੇ ਆਓ ਠੀਕ ਆ ਜਿਹੜੇ ਬੇਜ ਤੇ ਬੋਸ਼ਾ ਊਰਾਲ ਲੋਕਾਂ ਨੂੰ ਸਾਡੀ ਆਵਾਜ਼ ਬੇਵਕੂਫ ਨਹੀਂ ਬੈਠੀ ਆ ਜਿਹੜੇ ਇੰਨੇ ਲੋਕ ਮੈਨੂੰ ਦੇਖ ਰਹੇ ਆ ਇਹ ਬੇਵਕੂਫ ਨਹੀਂ ਆ ਇਹ ਸ਼ਾਉਰ ਵਾਲੇ ਲੋਕ ਆ ਇਹਨਾਂ ਨੂੰ ਵੀ ਪਤਾ ਵਾ ਕਿ ਕੋਣ ਬੰਦਾ ਕੀ ਕਹਿ ਰਿਹਾ ਕਿੱਥੋਂ ਕਹਿ ਰਿਹਾ ਸੱਚ ਬੋਲ ਰਿਹਾ ਝੂਠ ਬੋਲ ਰਿਹਾ ਚੰਦ ਪੈਸਿਆਂ ਪਿੱਛੇ ਕੋਈ ਵੀ ਮੇਰੇ ਖਿਲਾਫ ਵੀਡੀਓ ਬਣਾਏ ਠੀਕ ਆ ਵੀਰੇ ਮੈਂ ਪਹਿਲੇ ਸਮਝਦੀ ਸੀ 60000 ਜਿੱਤ ਬਣਾਈ ਸੀ ਦੂਜੀ ਚ ਲੱਖ ਮਿਲ ਗਿਆ ਹਣਾ ਜ਼ਮੀਰ ਨਹੀਂ ਵੇਚੀ ਦਾ ਉਹ ਬੈਠਾ ਨਾ ਜਿਹੜਾ ਉੱਤੇ ਓਹੀ ਪਕੜ ਤੋਂ ਨਹੀਂ ਕੋਈ ਬਚ ਸਕਦਾ ਤੇ ਸਭ ਤੋਂ ਜ਼ਿਆਦਾ ਖੌਫ ਉਸ ਜ਼ਾਤ ਦਾ ਮੈਨੂੰ ਮੈਂ ਕਿਸੇ ਨੂੰ ਨਹੀਂ ਢਾਲਦੀ ਮੈਂ ਨਹੀਂ ਢਾਲਦੀ ਜ਼ਿੰਦਗੀ ਮੌਤ ਇਜ਼ਜ਼ਾਤ ਉਸ ਜ਼ਾਤ ਦੇ ਹੱਥ ਦੇ ਵਿੱਚ ਤੇ ਪ੍ਰੂਫਸ ਹੋਣੇ ਚਾਹੀਦੇ ਆ ਮੈਂ ਇਸ ਆ ਜਿਹੜੀ ਵੀਡੀਓ ਹੁਣ ਮੈਂ ਚਲਾ ਲੱਗੀ ਆ ਅੱਗੇ ਰਿਦਾ ਸਜਾਦ ਦੀ ਪੂਰੀ ਵੀਡੀਓ ਜਿਹੜੀ ਤੁਸੀਂ ਕਿਤੇ ਨਹੀਂ ਦੇਖੀ ਹੋਏਗੀ ਇਹ ਤੁਸੀਂ ਦੇਖਣਾ ਮੈਂ ਇਸ ਵਾਰੀ ਜੇ ਸਾਹਮਣੇ ਆਈਆਂ ਤੇ ਮੈਂ ਆਪਣੇ ਵਾਸਤੇ ਆਵਾਜ਼ ਨਹੀਂ ਚੱਕ ਰਹੀ ਮੈਨੂੰ ਆਪਣੇ ਵਾਸਤੇ ਇਨਸਾਫ ਨਹੀਂ ਚਾਹੀਦਾ ਮੇਰੇ ਨਾਲ ਜੋ ਹੋਇਆ ਹੋ ਗਿਆ ਮੈਂ ਝਰ ਲਿਆ ਮੈਂ ਕਮਾ ਰਹੀ ਹਾਂ ਮੈਂ ਮਿਹਨਤ ਕਰ ਰਹੀ ਹਾਂ ਜੌਬ ਕਰ ਰਹੀ ਹਾਂ ਮੇਰਾ ਘਰ ਚੱਲ ਰਿਹਾ ਪਰ ਤਕਲੀਫ ਹੋ ਰਹੀ ਹੈ ਉਹ ਨਾ ਕਮਾਉਂਦੀ ਆ ਨਾ ਜੌਬ ਕਰਦੀ ਆ ਨਾ ਉਸ ਫੀਲਡ ਦੀ ਆ ਨਾ ਨਾ ਮਤਲਬ ਕਿ ਹੋਰ ਕੋਈ ਸੌਸਫਿੰਗ ਕੰਮਾ ਠੀਕ ਹੈ ਇਨਸਾਫ ਹੋਣਾ ਚਾਹੀਦਾ ਵਾ ਅਸੀਂ ਹੋਰੇ ਹੱਕ ਵਾਸਤੇ ਖਲੋਣਾ ਵਾ ਠੀਕ ਅਬ ਪੂਰੀ ਵੀਡੀਓ ਤੁਸੀਂ ਦੇਖੋਗੇ ਤੁਹਾਨੂੰ ਹਕੀਕਤ ਪਤਾ ਚਲ ਜਾਏਗੀ ਨਾਲੇ ਅੱਪਾ ਮੂੰਹ ਕਹਿ ਦਈਏ ਕਿ ਫਲਾਣ ਦੇ ਨੇ ਵਿਆ ਫਲਾਣ ਦੇ ਨੇ ਵਿਆ ਪਤਾ ਕੀ ਹੁੰਦਾ ਸਬੂਤ ਹੁੰਦੇ ਆ ਕੀ ਹੋ ਗਿਆ ਜੇ ਇਹਨਾਂ ਦੇ ਨੇ ਨਕਾ ਨਾਮੇ ਨਿਕਲ ਸਕਦੇ ਆ ਇਸ ਵੀਡੀਓ 'ਚ ਤੁਹਾਨੂੰ ਪਤਾ ਚਲ ਜਾਏਗਾ ਸਬੂਤਾ ਦੇ ਨਾਲ ਹੀ ਸਾਰਾ ਕੁਝ ਹੋਏਗਾ ਸਬੂਤ ਹੁੰਦੇ ਆ ਮੂਵ ਮੈਂ ਕਿਸੇ ਨੂੰ ਕਹਿਦਾ ਕਿ ਉਹ دہشت گرد ਦਾ ਕੋਈ دہشت گرد ਨਹੀਂ ਹੋ ਜਾਂਦਾ ਤੇ ਪਲੀਜ਼ ਸਬੂਤ ਲੈ ਕੇ ਆਓ ਮੈਨੂੰ ਕਿਹਾ ਜਾਏਗਾ ਸਬੂਤ ਸਬੂਤ ਮੇ ਕੋ ਬੋਤ ਆ ਨਾਲੇ ਦੂਜੀ ਗੱਲ ਇਹ ਕਿ ਹਰ ਵਾਰੀ ਇੱਕੋ ਹੀ ਬੰਦੇ ਨੂੰ ਅੱਗੇ ਕੀਤਾ ਜਾਂਦਾ ਵਾ ਕਿ ਤੂੰ ਸੱਚਾ ਦੁਨੀਆ ਦਾ ਸੱਚਾ ਬੰਦਾ ਤੈਨੂੰ ਤੇ ਇਸ ਵਾਸਤੇ ਰੱਖਿਆ ਵਾ ਕਿ ਤੂੰ ਸਜਾਤ ਜਾਨੀ ਦੀ ਗਵਾਹੀਆਂ ਦੇਣੀਆਂ ਉਹਨੂੰ ਸੱਚਾ ਸਾਬਿਤ ਕਰਨਾ ਵਾ ਬਹੁਤ ਸੱਚਾ ਬੰਦਾ ਹੋ ਤੇ ਮੈਂ ਉਹ ਦੱਸਦਾ ਕਿ ਉਹ ਐਸਾਲੀ ਗੱਲ ਜਿਹੜੀ ਕਿੱਸਾ ਚੱਲਿਆ ਸੀ ਖੁੱਲੇਗਾ ਹਰ ਚੀਜ਼ ਦਾ ਸਬੂਤ ਆ ਮੇ ਕੋਲ ਹਰ ਚੀਜ਼ ਦਾ ਕਿ ਕਿੰਨੇ ਕੀ ਕਰਵਾਇਆ ਕਿੰਨੇ ਨਹੀਂ ਤੇ ਸਬੂਤ ਦੇ ਨਾਲ ਗੱਲ ਕਰਾਂਗੇ ਇੰਜਣੀ ਆਪਾਂ ਨੇ ਗੱਲ ਕਰਨੀ ਹੋ ਸਕਦਾ ਅੱਗੇ ਤੋਂ ਅੱਗੇ ਅਗਰ ਇੱਕ ਪੰਨਾ ਖੋਲੇਗਾ ਮੈਂ ਚਾਰ ਖੋਲਾਂਗੀ ਸਿੱਧੀ ਜੀ ਗੱਲ ਇੱਕ ਪੰਨਾ ਕੋਈ ਖੋਲੇਗਾ ਮੈਂ ਚਾਰ ਖੋਲਾਂਗੀ ਲੇਕਿਨ ਸਬੂਤ ਦੇ ਨਾਲ ਤਾਂ ਕਿ ਤੁਸੀਂ ਕਿਸੇ ਵੀ ادارے ਦੇ ਵਿੱਚ ਚੈਲੰਜ ਕਰੋ ਕਿਤੇ ਵੀ ਚੈਲੰਜ ਕਰੋ ਠੀਕ ਆ ਸਬੂਤ ਹੋਵੇ ਤੇ ਜਦੋਂ ਮੈਂ ਚੈਲੰਜ ਕੀਤਾ ਨਾ ਤੇ ਜੇ ਉਹ ਕੱਖ ਨਹੀਂ ਕਿਸੇ ਕੋ ਨਿਕਲਣਾ ਤੇ ਮੈਂ ਉੱਥੇ ਵੀ ਲਟਕਾਵਾਂਗੀ ਤੇ ਮੈਂ ਆਵਾਮ ਦੀ ਅਦਾਲਤ ਚ ਵੀ ਲਟਕਾਵਾਂਗੀ ਤੇ ਮੈਂ ਰੱਬ ਦੀ ਅਦਾਲਤ ਦੇ ਵਿੱਚ ਵੀ ਲਟਕਾਵਾਂਗੀ ਮੈਂ ਨਹੀਂ ਲਟਕਾਣਾ ਖਰ ਉਹ ਰੱਬ ਹੀ ਲਟਕਾਏਗਾ ਲੇਕਿਨ ਮੈਂ ਮੇਰੀ ਹਾਸ ਸੋਨੇਗਾ ਰੱਬ ਉਹਨੇ ਸੁਣੀਆ ਇਹਨੇ ਲੋਗ ਮੇਰਾ ਸਾਥ ਦੇ ਰਹੇ ਆ ਇਹਨੇ ਲੋਗਾ ਨੇ ਮੇਰੀ ਫੇਵਰ ਕੀਤੀ ਮੈਨੂੰ ਮਾਨ ਹੋਇਆ ਮੈਂ ਤੁਹਾਨੂੰ ਇਹ 10 10 ਸਾਰਿਆਂ ਨੂੰ ਮੈਂ ਦੁਖੀ ਨਹੀਂ ਆ ਮੈਂ ਅਜ਼ੀਅਤ ਚੋਂ ਨਿਕਲ ਗਈ ਇਹ ਕ ਰਿਸ਼ਤਾ ਸੀ ਉਹ ਟੁੱਟ ਗਿਆ ਗੰਦ ਸੀ ਨਾ ਮਗਰੋਂ ਲੱਥ ਗਿਆ ਮੈਨੂੰ ਖੁਸ਼ੀ ਆ ਮੈਨੂੰ ਉਸ ਚੀਜ਼ ਦਾ ਨਹੀਂ ਹੈਗਾ ਇੱਕ ਕਿੱਸਾ ਸੀ ਮੁੱਕ ਗਿਆ ਮੇਰਾ ਕੋਈ ਲੈਣਾ ਦੇਣਾ ਨਹੀਂ ਹੁਣ ਲਿਆ ਸਭ ਮੈਨੂੰ ਅਗਰ ਕ੍ਰਿਟੀਸਾਈਜ਼ ਕਰਨਾ ਨਾ ਸਜਾਦ ਸਾਹਿਬ ਖੁਦ ਆਪ ਸਾਹਮਣੇ ਆਓ ਖੋਲ ਕੇ ਐਡੇ ਸੱਚੇ ਹੋ ਤੁਸੀਂ ਇਹ ਸਾਹਮਣੇ ਨਹੀਂ ਆਏਗਾ ਕਹਿ ਜਾਏਗਾ ਕੀ ਬਿਆਨ ਦੇਗਾ ਉਹ ਤੇ ਤੁਹਾਡੇ ਕਮੈਂਟ ਦਾ ਵੀ ਜਵਾਬ ਨਹੀਂ ਦੇਗਾ ਫੇਕ ਆਈਡੀਆਂ ਤੋਂ ਹੀ ਦੇਗਾ ਬਣਾ ਬਣਾ ਕੇ ਆਪ ਹੀ ਠੀਕ ਆ ਮੈਂ ਸਾਹਮਣੇ ਆਈ ਕਿਹੜਾ ਸਬੂਤ ਚਾਹੀਦਾ ਦੱਸੋ ਮੈਨੂੰ ਕਿਹਦੀ ਕਿਹਦੀ ਗੱਲ ਦਾ ਸਬੂਤ ਦੂੰਗੀ 75 ਝੂਠ ਨਿਕਲਣਗੇ 75 ਸਬੂਤ ਵੀ ਹੋਣਗੇ ਮੇਰੇ ਕੋਲ ਮੈਂ 75 ਵੀਡੀਓ ਬਣਾਉ ਰਿਹਾ ਵਾਸਤੇ ਨਹੀਂ ਮੈਂ ਨਹੀਂ ਏਡੀ ਵਿਲੀ ਹੈਗੀ ਮੈਂ ਆਪਣੇ ਨਿਆਣੇ ਪਾਲਦੇ ਠੀਕ ਆ ਤੇ ਨਾਲੇ ਮੂੰਹ ਚੱਕ ਕੇ ਕਿਸੇ ਦੇ ਧੀ ਦੇ ਭੈਣ ਤੇ ਬਾਰੇ ਚੰਝ ਗੱਲ ਕਰੋ ਨਾ ਨਹੀਂ ਮੈਂ ਇਹ ਨਹੀਂ ਕਹਿੰਦੀ ਮੈਂ ਹੋਰ ਤਾਂ ਮੈਨੂੰ ਹਮਦਰਦੀ ਦੋ ਮੈਂ ਇਹ ਨਹੀਂ ਕਹਿੰਦੀ ਤੁਸੀਂ ਇਨਸਾਫ ਕਰਨਾ ਗੱਲ ਕਰਨੀ ਸਬੂਤਾ ਦੇ ਸਿਰ ਤੇ ਕਰਨੀ ਆ ਤੁਸੀਂ ਮੇਰੀ ਗੱਲਾਂ ਦੇ ਸਿਰ ਤੇ ਨਹੀਂ ਕਰਨੀ ਤੁਸੀਂ ਤੁਸੀਂ ਮੇਰੇ ਅਥਰਾਂ ਦੇ ਸਿਰ ਤੇ ਨਹੀਂ ਕਰਨੀ ਤੁਸੀਂ ਸਬੂਤਾ ਦੇ ਸਿਰ ਤੇ ਕਰਨੀ ਆ ਸਬੂਤਾ ਮੈਂ ਬੀਨੂ ਇਸ ਚੀਜ਼ ਆ ਲੋਕ ਮਜ਼ਾਕ ਕਿਸੇ ਨੇ ਉਡਾਇਆ ਸੀ ਕਿ ਵੀਡੀਓ ਚ ਪੰਜਾਬ ਦੀ ਮੈਂ ਹੈਗੀ ਆ ਪੰਜਾਬ ਦੀ ਤੇ ਮੈਂ ਫਖਰ ਨਾ ਕਰਾਂਗੀ ਮੈਂ ਸਟਰੋਂਗ ਆ ਐਡੀ ਕਮਜ਼ੋਰ ਨਹੀਂ ਆ ਕਿ ਮੇਰੇ ਤੇ ਕੋਈ ਕੀਚੜ ਉਛਾਲੇਗਾ ਤੇ ਮੈਂ ਭੱਜ ਜਾਵਾਂਗੀ ਨਾ 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 ਪੰਜਾਬੀ ਆ ਭੱਜਦੇ ਨਹੀਂ ਫਿਰ ਇੱਜ਼ਤ ਪਿੱਛੇ ਤੇ ਧੌਣ ਵੀ ਲਵਾ ਲਈਏ ਕੇਰ ਉਹੀ ਗੱਲ ਇੱਕ ਪੰਨਾ ਖੁੱਲੇਗਾ ਤੇ ਚਾਰ ਖੁੱਲਣਗੇ ਇਹ ਅਗਲਾ ਆਪ ਨੇ ਅੱਗੇ ਆਂਦਾ ਦੂਜਿਆਂ ਨੂੰ ਅੱਗੇ ਕਰਦਾ ਸੱਚਾ ਹੋਵੇ ਤੇ ਆਪ ਅੱਗੇ ਆਵੇ ਨਾ ਪ੍ਰੂਫਸ ਦੇ ਨਾਲ ਗੱਲਾਂ ਨਾਲ ਨਹੀਂ ਆ ਸਾਰੀ ਵੀਡੀਓ ਦੇਖੋ ਔਰ ਤੋਂ ਬਾਅਦ ਤੁਸੀਂ ਇਨਸਾਫ ਕਰਨਾ ਵਾ ਕਿ ਮੈਂ ਸਹੀ ਕੀਤਾ ਜਾਂ ਨਹੀਂ ਕੀਤਾ ਅਸਲਾਮੁਅਲੈਕਮ ਜੀ ਮੈਂ ਮਿਸਿਸ ਸجاد ਸਜਾਹ ਜਾਨੀ ਮੈਂ ان کی سیکنڈ وائف ہوں میں آج بہت عرصے ਬਾਅਦ ਆਪਣੇ ਰਾਈਟਸ کے لیے आज आवाज उठा रही हूं आज आवाज सबसे पहले तो मैं आपको अपना निकाह नामा दिखाती हूं ये मेरा नाम है एक मेरी बेटी है जी साल की छ से सात साल मेरी शादी को हो गया इस बंदे ने मुझे इज्जत नहीं दी इस बंदे ने मुझे मुकाम नहीं दिया जो मेरा बनता है या जो मेरा है बीवी मतलब ये मुझे अपने किसी घर के फर्द में लेकर नहीं गया ना वो मेरे पास आए इवन उन लोगों को पता है मेरा वो मेरे पास नहीं आए कभी भी ना ये मुझे वहां पे कभी लेके गया मैं अपनी माँ के घर रही हूं और ये साल डेढ़ साल हुआ है कि इसने मुझे घर लेके दिया रेंट पे इस बंदे ने कभी मेरा कोई हक मेरा कोई हकूक पूरा नहीं किया मुझसे शादी हुई फिर एक लड़की अबीरा आ गई इस बंदे की जिंदगी में अच्छा जी वो पता लगा उसके झूठ बोले मुझसे कसमें खाई कुरान उठाए कुछ नहीं है ये वो ख़त्म हो गई बात इस बंदे ने मुझे छोड़ दिया मतलब इस बंदे ने कांटेक्ट खत्म कर दिया बिल्कुल मैंने भी मतलब कर दिया सात आठ माह बाद ये बंदा मेरे पास आया माफिया तलाफिया सारा कुछ करने के बाद मैंने फिर इस बंदे को एक चांस दिया इस बंदे ने मेरे साथ फिर दोबारा वही कुछ किया जगह जगह ये बंदा मुझे जलील करता फिर रहा जगह जगह मेरा इस बंदे ने किसी किस्म का कोई हक पूरा नहीं किया मेरी बच्ची का कोई हक पूरा नहीं किया वंशवनी औरत वंशवनी रोज रोज़ रोज, रोज वंशवनी औरत इसके पास है मैं नहीं जानती ये बंदा कहाँ सोता है कहाँ रहता है कहाँ नहीं ये मेरे पास नहीं रहता ऑफिस की आड़ में इस बंदे ने बहुत कुछ किया है जब मेरा इस बंदे से निकाह हुआ था इस बंदे के पास कुछ नहीं था ये सिर्फ सजाद था एक इसको फेम मिला इसको सारा कुछ हुआ इसने दिन ब दिन अपने रंग दिखाने शुरू कर दिए बात ये है जी कि ये बंदा वंशवन्नी औरत रखता है अपने साथ हमेशा मैं नहीं जानती इसके ऑफिस में क्या चल रहा है क्या नहीं चल रहा ये अपने इस फेम की आड़ में जो इसे अल्लाह फाक ने आपने दिया है इसकी आड़ में ये कुछ करता फिर रहा लोगों की बेटियों की इज्जत कुछ नहीं है इसके लिए ये अपने मतलब के लिए उन्हें यूज करता और उन्हें फेंक देता जब इसका दिल भरता है उन पर गलत इल्जाम लगाता है और उन्हें छोड़ देता मैं एक आपको छोटा सा ये देखिए ये कौन है औरत मैंने इस बंदे को बहुत चांसेस दिए हर तरह से हर तरह से मैंने इस बंदे को समझाने की संभालने की सुधारने की कोशिश की है पर यह बंदा नहीं सुधरा मैं नहीं जानती ये लड़कियाँ कुछ मेरे सामने आई हैं मैं बाकी लड़कियों को नहीं जानती ये कुछ मेरे सामने आई हैं आए है। दिन ये बंदा किसी ना किसी औरत को से निकाह कर लेता है मुझे हरास करता है फिर ये झूठी तलाक के बनाता है मुझे कहता है मैंने तलाक दे दी हुई है मेरी बेटी के हकूक के बंदा पूरे नहीं कर रहा अब आप फैसला करें ये कमाता कितना है और मुझे देता कितना मैंने कभी इस बंदे से गिला नहीं किया इस बात का कि यार मुझे इतने दें इतने दें मैंने इतने लेने मुझे ये चाहिए मुझे वो चाहिए जिस हाल में रखा जिस तरह रखा मैं रही पर कोई भी औरत कोई भी औरत हो वो बर्दाश्त नहीं करती ठीक है अबीरा कर ली थी खत्म हो गई थी बात फिर एक औरत फिर और औरत फिर और औरत इस तरह कोई भी कोई भी मुझे मेरी बहनें भी देख रही होंगी कोई भी औरत बर्दाश्त नहीं करती लड़ती है झगड़ती है इवन वो छोड़ के चली जाती है मैं फिर स्टिल इसके साथ रही कि नहीं ये सुधर जाएगा ये बदल जाएगा ये हो जाएगा लड़ाई करो गिला करो बात करो उस बात के बारे में पूछो कि तुमने ऐसे किया तो हरेसमेंट कहता है हरेस कर रही हो बदमाशी कर रही हो मुझे इस बंदे ने इतना मेंटली टॉर्चर किया हुआ मैं ये बहुत मजबूर हो के आज वीडियो बना रही हूँ बहुत मजबूर होकर मैं नहीं करना चाह रही थी मैं इतने साल 2018 की मेरे इस बंदे के साथ शादी हुई है मैं सारा कुछ सह रही थी मैं नहीं करना चाह रही थी ये सारा कुछ पर एक इंसान की हद होती है उस, उस हद तक उस हद से ज़्यादा मुझे आजमाया गया मेरी एक बेटी है छोटी एक साल की ये उसके पास नहीं रहता कोई बात पूछ लो कुरानों की कस्में बच्चों की कस्में बेटी की कस्म मतलब वो बंदा झूठी कस्में अपनी उलाद की अपनी बेटी के सर पे हाथ रख के इस बंदे ने झूठी कस्में खाई हैं कुरान पे हाथ रख के इस बंदे ने झूठी कस्में खाई हैं तो आप फैसला करें ये फैसला आपने करना ये इस फेम के चक्करों में इस फेम में पता नहीं कितनी औरतों की ज़िंदगी बर्बाद कर चुका है और कर रहा है स्टिल मुझे मेरे राइट्स चाहिए मैं अपने बच्चे के राइट्स मांग रही हूँ मुझे मेरे बच्चे के राइट्स चाहिए मुझे मेरे हकूक़ चाहिए मैंने जितना बर्दाश्त करना था मैंने अपने लिए कर लिया पर जब ओलाद हो जाती है तब नहीं, नहीं होता बर्दाश्त मेरी बहनें भी देख रही होंगी आप बताएं कि आप आप करेंगी इतना कुछ बर्दाश्त मैं तो अभी कुछ नहीं बताया आपको आप कर सकती हैं इतना कुछ नहीं कोई भी नहीं कर सकता बर्दाश्त पर मैंने किया है पर उस बंदे को फ़र्क तक नहीं पड़ता वो बंदा वीडियोस में आप सबको कहेगा फैमिलीज ऐसी होती हैं फैमिली पर हकीक़त से इसका कोई ताल्लुक नहीं है सिर्फ ये बातें हैं सिर्फ ਸਿਰਫ ਸਿਰਫ ਗੱਲਾਂ ਤੋਂ ਆਪ ਫੈਸਲਾ ਕਰੇ ਇਹ ਫੈਸਲਾ ਆਪਨੇ ਕਰਨਾ ਹੁਣ ਤੁਸੀਂ ਦੇਖ ਲਿਆ ਸੁਣ ਲਿਆ ਜਾਣ ਲਿਆ ਮੇਰਾ ਇੰਟਰਵਿਊ ਦੇਣ ਦਾ ਮਕਸਦ ਕੀ ਸੀ ਆਹੀ ਵੀਡੀਓ ਆਈ ਸੀ ਮੇਰਾ ਜ਼ਿਕਰ ਸੀ ਵਿੱਚ ਆਹੀ ਵੀਡੀਓ ਇਸ ਵਿੱਚ ਮੈਂ ਕੋਸ਼ਿਸ਼ ਨਹੀਂ ਕਰ ਪਈ ਮੈਂ ਡਿਸਟ੍ਰੋਂਗ ਪੰਦੀ ਸੀ ਮੈਂ ਨਹੀਂ ਬੋਲ ਪਈ ਪਰ ਉਹ ਹਿੰਮਤ ਦਿਖਾ ਗਈ ਨਾ ਆਪਣੇ ਬੱਚਿਆਂ ਆਪਣੀ ਬੱਚੀ ਦੇ ਹੱਕ ਵਾਸਤੇ ਆਪਣੇ ਹੱਕ ਵਾਸਤੇ ਸਟਿਲ ਵਾਈਫ ਆ ਦੱਸੋ ਆ ਸਬੂਤਾ ਉਸ ਵੀਡੀਓ ਚ ਕਿਹਾ ਇੱਕ ਵੀਡੀਓ ਚ ਕਿਹਾ ਗਿਆ ਜੀ ਉਹਨੇ ਜਿਹੜਾ ਆਪਣਾ ਸਦਾਕਤ ਪਸੰਦ ਬੰਦਾ ਰੱਖਿਆ ਕਿ ਸਜਾ ਜੰਨੇ ਦਾ ਦੂਜਾ ਵਿਆਹ ਵਾ ਤੇ ਆ ਨਕਾਨਾਮਾ ਕਿੱਥੋਂ ਨਿਕਲਿਆ ਬਾਕੀ ਜਿਹੜੇ ਆਣ ਆਲੇ ਆ ਵੀਡੀਓ ਦੇ ਵਿੱਚ ਆਣਗੇ ਨਕਾਨਾਮੇ ਉਹ ਕਿੱਥੋਂ ਨਿਕਲੇ ਆ ਆਨਲਾਈਨ 'ਤੇ ਸਾਰੇ ਰਿਕਾਰਡੋਂ ਕਿੱਥੋਂ ਨਿਕਲੇ ਆ ਕਿੱਥੋਂ ਨਿਕਲ ਰਹੇ ਆ ਜੇ ਤੋ ਰੱਬ ਪਕੜ ਕਰਤਾ ਨਾ ਤੁਸੀਂ ਨਹੀਂ ਬੱਸ ਸਕਦੇ ਅਗਰ ਇਹੇ ਸ਼ਖਸ ਕਹਿ ਦਿੰਦਾ ਕਿ ਮੇ ਕੋ ਗਲਤੀ ਹੋ ਗਈ ਮਾਫ ਕਰ ਦੇ ਯਾਰ ਆਪਣੀ ਬੁੱਢੀ ਨੂੰ ਕਹਿ ਦਿੰਦਾ ਤੁਹਾਨੂੰ ਨਾ ਕਹਿੰਦਾ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਨਾ ਮੈਂ ਆਵਾਮ ਦੇ ਅੱਗੇ ਮੈਂ ਕਿਉਂ ਮਾਫੀ ਮੰਗਾਂ ਮੈਂ ਸਜਾਤ ਜਾਨੀ ਆ ਹੈਨਾ ਤੋਂ ਆਪਣੀ ਬੁੱਢੀ ਨੂੰ ਹੀ ਕਹਿ ਦਿੰਦਾ ਜਾ ਕੇ ਕਿ ਉਹ ਹੀ ਤਾਂ ਮਾਫ ਕਰਦੇ ਤੁ ਕਿਸੇ ਔਰਤ ਨੂੰ ਨਹੀਂ ਕਿਹਾ ਤੋੜੀਆਂ ਔਰਤਾਂ ਇੰਨੀਆਂ ਤੂੰ ਕਿਸੇ ਨੂੰ ਨਹੀਂ ਕਿਹਾ ਰੱਬ ਕੋਲੋਂ ਮਾਫੀ ਮੰਗ ਲੈ ਅੱਜ ਮੰਗ ਲੈ ਮੈਂ ਤਾਂ ਕਦੀ ਸਜਦਾ ਕਰਦੀਆਂ ਨਹੀਂ ਦੇਖਿਆ ਅੱਜ ਕਰਦੇ ਸਜਦਾ ਤੇ ਮਾਫੀ ਮੰਗ ਲੈ ਰੱਬ ਕੋ ਨੂੰ ਲੇਕਿਨ ਅੱਜ ਹੋਣਾ ਕੋਈ ਨਹੀਂ ਫਿਰ ਬਾਕੀ ਗੱਲਾਂ ਦੀਆਂ ਗੱਲਾਂ ਤੇ ਹਕੀਕਤ ਇੱਕ ਔਰਤ ਝੂਠੀ ਦੋ ਔਰਤ ਤਿੰਨ ਔਰਤ ਸਾਰੀਆਂ ਨਹੀਂ ਹੁੰਦੀਆਂ ਬਾਕੀ ਅਗਰ ਮੈਨੂੰ ਜ਼ਿਆਦਾ ਫੋਰਸ ਕੀਤਾ ਜਾਏਗਾ ਜਾਂ ਇੰਨਾ ਵਾਲੋ ਜਿਹੜਾ ਬੰਦਾ ਵੀਡੀਓ ਬਣਾ ਰਿਹਾ ਜ਼ਿਆਦਾ ਫੋਰਸ ਕੀਤਾ ਜਾਏਗਾ ਹਰ ਇੱਕ ਚੀਜ਼ ਦਾ ਪ੍ਰੂਫ ਆ ਜੀ ਸਾਰੀਆਂ ਚੀਜ਼ਾਂ ਫਿਰ ਮੈਂ ਚਲਾ ਦਾਂਗੀ ਮੈਂ ਨਹੀਂ ਚਾਹਦੀ ਇਹ ਜੀ ਕੋਈ ਵੀਡੀਓ ਮੈਂ ਬਣਾਵਾ ਜਾਂ ਚੱਲੇ ਜਾਂ ਮੈਨੂੰ ਮੈਨੂੰ ਟੌਰਚਰ ਕਰਨਗੇ ਨਾ ਤੇ ਫਿਰ ਮੈਂ ਹਕੀਕਤ ਸਾਹਮਣੇ ਲਿਆਉਂਗੀ ਠੀਕ ਆ ਜੋ ਸੱਚ ਹੈ ਨਾ ਕੋ ਹਕੀਕਤ ਆ ਤੇ ਸਬੂਤ ਲੈਣ ਸਾਹਮਣੇ ਤੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸ਼ੁਕਰਿਆ ਤੁਸੀਂ ਮੇਰਾ ਮਾਣ ਤੁਸੀਂ ਮੇਰੀ ਫੈਮਿਲੀ ਮੇਰੇ ਸਿਰ ਤੇ ਮੇਰਾ ਪਿਓ ਨਹੀਂ ਸੀ ਨਾ ਮੇਰਾ ਵੱਡਾ ਪਰਾਣਾ ਨਹੀਂ ਸੀ ਪਰ ਤੁਸੀਂ ਸਾਰਿਆਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੁਸੀਂ ਸਾਬਿਤ ਕੀਤਾ ਕਿ ਮੈਂ ਕੱਲੀ ਨਹੀਂ ਆ ਦੁਨੀਆਂ ਤੇ ਕੱਲੀ ਨਹੀਂ ਆ ਜਿਸ ਤਰ੍ਹਾਂ ਮੈਂ ਹਾਰ ਚੁੱਕੀ ਸੀ ਹਿੰਮਤ ਜਿਸ ਤਰ੍ਹਾਂ ਮੈਂ ਕੇਸ ਕੀਤਾ ਜਾਂ ਮੈਂ ਅਰ ਚ ਹਾਰ ਗਈ ਕਿਉਂਕਿ ਮੈਂ ਤੁਹਾਨੂੰ ਸਾਰੀ ਉਹ ਰੀਜ਼ਨ ਉਸਨੂੰ ਦੱਸਦੀ ਬਾਕੀ ਸਟੋਰੀਆਂ ਬੰਦੀਆਂ ਕਿੰਨੀਆਂ ਬੰਦੀਆਂ ਗੱਲ ਉਹੀ ਹੈ ਪ੍ਰੂਫ ਦੇਵੋ ਤੇ ਤੁਸੀਂ ਜਿਸ ਸਾ ਮੇਰਾ ਸਾਥ ਦਿੱਤਾ ਮੇਰੀ ਹਿੰਮਤ ਵਧੀ ਆ ਮੈਨੂੰ ਅੰਜਲਾ ਦ ਮੈਂ ਨਹੀਂ ਕਰਲੀ ਮੈਨੇ ਕਲੀਨੇ ਬੜੇ ਲੋਗ ਮੇਰੇ ਨਾਲ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਤੁਸੀਂ ਆਪਿੰਸ ਆਪ ਦੀ ਗੱਲ ਕਰਨਾ ਤੇ ਕਵਨ ਸ਼ੁਰੂ ਕਰਨਾ ਅਗਰ ਮੇਰੇ ਕੋਈ ਕਾਲ ਕਿਸੇ ਨੂੰ ਵੀ ਬੁਰੀ ਲੱਗੀ ਹੋਵੇ ਭਾਵੇਂ ਉਹਨਾਂ ਦੇ ਫੈਨਸ ਹੋਣ ਜਾਂ ਮੇਰੇ ਮਾਫਰਤ ਮੈਨੂੰ ਸਬੂਤ ਚਾਹੀਦੇ ਮੈਂ ਸਬੂਤ ਦਵਾਂਗੀ ਜਿਹੜਾ ਵੀ ਦੇਣਾ ਪਿਆ ਕੋਈ ਗੱਲ ਲੱਗੀ ਬੁਰੀ ਮਾਫਰਤ